ਅਸਲਾਮੁਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਅਸੀਂ ਪਹੁੰਚੇ ਸੀ ਅੱਜ ਦਰਬਾਰ ਸਾਹਿਬ ਕਰਤਾਰਪੁਰ ਵਿਖੇ। ਦਰਬਾਰ ਸਾਹਿਬ ਕਰਤਾਰਪੁਰ ਵਿਖੇ ਜੀ ਅੱਜ ਤਕਰੀਬਨ 4 ਘੰਟੇ ਤੋਂ ਮੁਸਲਸਲ ਬਾਰਿਸ਼ ਚੱਲ ਰਹੀ ਹੈ ਜੀ। ਰੱਬ ਖੈਰ ਕਰੇ, ਅੱਗੇ ਲਾਂਘੇ ਦੀ ਓਪਨਿੰਗ ਜਿਹੜੀ ਹੈ ਉਹ ਹੋਣ ਵਾਲੀ ਹੈ, ਔਰ ਨਾਲ ਦੀ ਨਾਲ ਹੀ ਤੁਸੀਂ ਦੇਖ ਰਹੇ ਹੋ ਕਿ ਬਾਰਿਸ਼ ਬਿਲਕੁਲ ਨੇਰ ਪਾਇਆ ਪਿਆ, ਰਾਤ ਪਈ ਪਈ ਹੈ ਇੱਥੇ। ਠੀਕ ਹੈ ਜੀ, ਰਾਤ ਬਿਲਕੁਲ ਪੈ ਗਈ ਹੈ, ਇੰਨਾ ਮਤਲਬ ਕਿ ਮੌਸਮ ਵੀ ਠੰਡਾ ਹੋ ਗਿਆ, ਔਰ ਉਸ ਤੋਂ ਬਾਅਦ ਹਰ ਪਾਸੇ ਬਾਰਿਸ਼ ਹੀ ਬਾਰਿਸ਼ ਹੈ। ਅਤੇ ਅਸੀਂ ਤੁਹਾਨੂੰ ਦਰਬਾਰ ਸਾਹਿਬ ਕਰਤਾਰਪੁਰ ਤੋਂ ਲਾਸਟ ਨਾਈਟ ਅਸੀਂ ਦਿਖਾਇਆ ਤੁਹਾਨੂੰ ਕਿ ਇਮੀਗ੍ਰੇਸ਼ਨ ਆਫਿਸ ਤੋਂ ਤੁਸੀਂ ਕਰਤਾਰਪੁਰ ਸਾਹਿਬ ਵੱਲ ਕਿਸ ਤਰੀਕੇ ਨਾਲ ਆਉਣਾ। ਹੁਣ ਆਪਾਂ ਤੁਹਾਨੂੰ ਦੂਸਰੀ ਵਾਰ ਲੈ ਕੇ ਚੱਲੇ ਹਾਂ ਕਿ ਕਰਤਾਰਪੁਰ ਸਾਹਿਬ ਤੋਂ ਤੁਸੀਂ ਜਦੋਂ ਵਾਪਸ ਜਾਣਾ, ਸੰਗਤਾਂ ਵਾਪਸ ਜਾਣਗੀਆਂ ਅਤੇ ਕਿਸ ਤਰ੍ਹਾਂ ਜਾਣਗੀਆਂ ਜੀ? ਇਹ ਉਹ ਰਸਤਾ ਹੈ ਜੀ, ਰਸਤੇ 'ਚ ਲੈਫਟ ਸਾਈਡ ਦੇ ਉੱਤੇ ਖੇਤੀ ਸਾਹਿਬ ਨਜ਼ਰ ਆ ਰਹੀ ਹੈ, ਸਰੋਂ ਫੁੱਲੀ ਹੋਈ ਹੈ ਇਸ ਵੇਲੇ। ਠੀਕ ਹੈ ਜੀ, ਸਰੋਂ ਜਿਹੜੀ ਹੈ ਗੇਤਰੀ ਲਾ ਦਿੱਤੀ ਸੀ ਇਹਨਾਂ ਨੇ, ਔਰ ਬਹੁਤ ਹੀ ਪਿਆਰਾ ਵਿਊ ਦੇ ਰਹੀ ਹੈ, ਯਾਨੀ ਕਿ ਖੇਤੀ ਦਾ ਇੱਕ ਪੂਰਾ ਮੰਜ਼ਰ ਜਿਹੜਾ ਤੁਹਾਨੂੰ ਉਹ ਪੇਸ਼ ਕਰੇਗੀ। ਔਰ ਨਾਲ ਦੀ ਨਾਲ ਹੀ ਇਹ ਕਰਵ ਜਿਹੜਾ ਇਹ ਜਿਹੜੀ ਲੈਫਟ ਸਾਈਡ ਦੇ ਉੱਤੇ ਲੱਗੇ ਹੋਏ ਪੌਦੇ ਨੇ, ਇਹ ਸਾਈਕਸ ਰੈਵਲੂਟਾ ਜਿਹਨੂੰ ਕਿ ਕੰਘੀ ਪਾਮ ਕਿਹਾ ਜਾਂਦਾ, ਔਰ ਨਾਲ ਦੀ ਨਾਲ ਹਰ 50 ਫੁੱਟ ਦੇ ਫਾਸਲੇ ਦੇ ਉੱਤੇ ਤੁਹਾਨੂੰ LED ਲਾਈਟ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ, ਔਰ ਫੈਂਸ ਲੱਗੀ ਹੋਈ ਹੈ, ਔਰ ਉਹਦੇ ਨਾਲ ਤੁਹਾਨੂੰ ਪਾਮਸ ਦੀ ਹੋਰ ਡਿਫਰੈਂਟ ਵਰਾਇਟੀਜ਼ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ। ਤੁਹਾਨੂੰ ਥੋੜ੍ਹਾ ਜਿੰਨਾ ਦਰਸ਼ਨ ਕਰਾਉਂਦੇ ਹਾਂ ਜੀ। ਆਹ ਖੇਤੀ ਸਾਹਿਬ ਹੈ ਜੀ, ਦੇਖ ਲਓ, ਖੇਤੀ ਸਾਹਿਬ ਦੇ ਨਜ਼ਾਰੇ ਕਰ ਲਓ ਤੁਸੀਂ, ਦੇਖੋ ਕਿੱਡੀ ਵਧੀਆ ਜਗ੍ਹਾ ਜਿਹੜੀ ਹੈ ਉਹ ਤਿਆਰ ਕੀਤੀ ਹੈ, ਔਰ ਲੋਕਾਂ ਸਰੋਂ ਲਾਈ ਵੀ ਨਹੀਂ ਅਤੇ ਇੱਥੇ ਸਰੋਂ ਫੁੱਲ ਵੀ ਗਈ ਹੈ। ਕਿਆ ਬਾਤ ਹੈ ਜੀ, ਐਡਵਾਂਸ ਟੈਕਨੋਲੋਜੀ ਚੱਲ ਰਹੀ ਹੈ। ਠੀਕ ਹੈ ਜੀ, ਇਹ ਹੈ ਜੀ ਦਰਬਾਰ ਸਾਹਿਬ ਕਰਤਾਰਪੁਰ ਦਾ ਲਾਂਘਾ, ਜਿਹਦੀ ਦੁਆ ਤੁਸੀਂ ਵੀ ਮੰਗ ਰਹੇ ਸੀ, ਅਸੀਂ ਵੀ ਮੰਗ ਰਹੇ ਸੀ ਕਿ ਜਲਦੀ ਨਾ ਖੁੱਲ੍ਹੇ ਔਰ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ। ਆਲ ਰਾਈਟਸ ਆਰ ਰਿਜ਼ਰਵ ਬਾਈ ਰੇਡੀਓ ਸਾਡੇ ਵਾਲਾ ਐਂਡ ਸ਼ਾਹਿਦ ਸ਼ਬੀਰ ਔਫੀਸ਼ਲ, ਔਰ ਸ਼ਾਹਿਦ ਸ਼ਬੀਰ ਅਮਨ ਕਾ ਸਫੀਰ। ਠੀਕ ਹੈ ਜੀ, ਇਹ ਸਾਰੇ ਰਾਈਟਸ ਜਿਹੜੇ ਨੇ ਰਿਜ਼ਰਵ ਨੇ, ਸੋ ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਦਿਸ ਵੀਡੀਓ ਦੈਨ ਸ਼ੇਅਰ। ਅਗਰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਸਾਡੀ ਵੀਡੀਓ ਨੂੰ ਡਾਇਰੈਕਟ ਸ਼ੇਅਰ ਕਰ ਸਕਦੇ ਹੋ। ਠੀਕ ਹੈ ਜੀ, ਅਤੇ ਬਹੁਤ ਮਿੱਤਰ ਪਿਆਰੇ ਭਰਾ ਜਿਹੜੇ ਹੈ ਬਿਨਾਂ ਪਰਮਿਸ਼ਨ ਤੋਂ ਵੀਡੀਓ ਨੂੰ ਯੂਜ਼ ਕਰਦੇ ਨੇ, ਪਲੀਜ਼ ਇੱਦਾਂ ਨਹੀਂ ਕਰੀਦਾ ਹੁੰਦਾ। ਆਪਾਂ ਜੀ ਹੁਣ ਬਿਲਕੁਲ ਜਿੱਥੇ ਨਾਲਾ ਬਈ ਜਿਹੜਾ ਵਗਦਾ ਹੁੰਦਾ ਸੀ ਕਿਸੇ ਦੌਰ ਦੇ ਵਿੱਚ, ਅਸੀਂ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਹਾਂ ਕਿ ਜਿੱਥੋਂ ਬਈ ਕਾਲੀ ਬਈ ਜਿਹਨੂੰ ਕਿਹਾ ਜਾਂਦਾ, ਉਹ ਇੱਥੇ ਤਾਂ ਕਾਲੀ ਨਹੀਂ ਕਹੀ ਜਾਂਦੀ ਲੇਕਿਨ ਈਸਟ ਪੰਜਾਬ ਵਾਲੀ ਸਾਈਡ ਦੇ ਉੱਤੇ ਜਿਹੜਾ ਇਹਨੂੰ ਕਾਲੀ ਬਈ ਕਿਹਾ ਜਾਂਦਾ। ਠੀਕ ਹੈ ਜੀ, ਆਪਾਂ ਹੁਣ ਉਸ ਪਾਸੇ ਜ਼ੀਰੋ ਬਾਉਂਡਰੀ ਵਾਲੇ ਪਾਸੇ ਜਾ ਰਹੇ ਹਾਂ, ਜਿੱਥੋਂ ਕਿ ਤੁਸੀਂ ਕਹਿ ਲਓ ਕਿ ਦਰਿਆਏ ਰਾਵੀ ਵਾਲੇ ਪਾਸੇ ਜਾਓਗੇ, ਦਰਿਆਏ ਰਾਵੀ ਵਾਲੇ ਪਾਸੋਂ ਰਾਵੀ ਕ੍ਰੋਸ ਕਰਦਿਆਂ ਹੀ ਤੁਸੀਂ ਅੱਗੇ ਚੱਲਦੇ ਜਾਓਗੇ ਅਤੇ ਤੁਹਾਨੂੰ ਬਿਲਕੁਲ ਜ਼ੀਰੋ ਬਾਉਂਡਰੀ 'ਤੇ ਪਹੁੰਚ ਜਾਓਗੇ, ਔਰ IT ਇਨਫੋਰਮੇਸ਼ਨ ਸੈਂਟਰ 'ਤੇ ਪਹੁੰਚ ਜਾਓਗੇ। ਸਾਹਮਣੇ ਜਿਹੜੀ ਤੁਹਾਨੂੰ ਬੁਰਜੀ ਜੀ ਨਜ਼ਰ ਆ ਰਹੀ ਹੈ, ਇਹ ਕਮਰਾ ਜਿਹਾ ਨਜ਼ਰ ਆ ਰਿਹਾ ਹੈ, ਸਿਕਿਉਰਿਟੀ ਚੈੱਕ ਪੋਸਟ ਹੈ ਜਦੋਂ ਸੰਗਤਾਂ ਨੇ ਆਉਣਾ ਇੱਥੇ, ਅਤੇ ਥੱਲੇ ਰੇਜ਼ਰ ਵਾਇਰ ਲਾ ਕੇ 8 ਤੋਂ 10 ਫੁੱਟ ਦੀ ਜਿਹੜੀ ਹੈ ਜਾਲੀ ਲਾਈ ਗਈ ਹੈ, ਔਰ ਉਸ ਤੋਂ ਬਾਅਦ ਜਿਹੜੀ ਹੈ ਸਿਕਿਉਰਿਟੀ ਚੈੱਕ ਪੋਸਟ ਬਣਾਈ ਗਈ ਹੈ ਤਾਂ ਕਿ ਕੋਈ ਰੂਲ ਦੀ ਵਾਇਲੇਸ਼ਨ ਨਾ ਕਰੇ, ਕੋਈ ਬਾਹਰੋਂ ਕੋਈ ਬੰਦਾ ਜਿਹੜਾ ਅੰਦਰ ਨਾ ਆਵੇ ਤਾਂ ਕਿ ਸੰਗਤਾਂ ਦੇ ਆਉਣ ਵਿੱਚ ਕੋਈ ਦਿੱਕਤ ਨਾ ਹੋਵੇ। ਠੀਕ ਹੈ ਜੀ, ਨਾਲ ਦੀ ਨਾਲ ਹੀ ਅੱਗੇ ਜਿਹੜਾ ਰਿਵਰ ਰਾਵੀ ਦਾ ਬੈਲਟ ਜਿਹੜਾ ਉਹ ਸ਼ੁਰੂ ਹੋ ਜਾਂਦਾ, ਔਰ ਇਹ ਬਹੁਤ ਹੀ ਇਤਿਹਾਸਿਕ ਜਗ੍ਹਾ, ਇਹ ਉਹ ਜਗ੍ਹਾ ਹੈ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਆਪਣੇ ਖੇਤਾਂ ਨੂੰ ਪਾਣੀ ਲਾਇਆ, ਫਿਰ ਉਸ ਤੋਂ ਬਾਅਦ ਇਸੇ ਹੀ ਰਾਵੀ ਔਰ ਬਈ ਜਿਹੜੀ ਹੈ ਉਹਦੇ ਵਿੱਚ ਇਸ਼ਨਾਨ ਵੀ ਕੀਤਾ। ਦੂਸਰਾ ਇਹ ਤੁਹਾਨੂੰ ਦੱਸਦਾ ਚੱਲਾਂ ਕਿ ਅਸਲ ਦੇ ਵਿੱਚ ਕਰਤਾਰਪੁਰ ਸਾਹਿਬ ਇਸ ਜਗ੍ਹਾ ਦਾ ਨਾਮ ਜਿਹੜਾ ਬਾਅਦ ਵਿੱਚ ਪਿਆ, ਪਹਿਲਾਂ ਇਹਨੂੰ ਪਿੰਡ ਦੋਦਾ ਕਹਿੰਦੇ ਸੀ। ਠੀਕ ਹੈ ਜੀ, ਬਾਬਾ ਜੀ ਜਦੋਂ ਚੌਥੀ ਉਦਾਸੀ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਪਹੁੰਚੇ ਤਾਂ ਇਹਨਾਂ ਨੇ ਉਦਾਸੀ ਦਾ ਚੋਲਾ ਲਾ ਕੇ ਅਤੇ ਫਿਰ ਉਹਨਾਂ ਨੇ ਦੁਨਿਆਵੀ ਬਾਣਾ ਪਾਇਆ। ਉਸ ਵੇਲੇ ਜਦੋਂ ਦੁਨਿਆਵੀ ਬਾਣਾ ਪਾਇਆ ਤਾਂ ਫਿਰ ਉਸ ਵੇਲੇ ਇੱਥੇ ਬਹੁਤ ਜ਼ਿਆਦਾ ਸਾਰੇ ਉਹਨਾਂ ਨੇ ਆਪਣੇ ਹੱਥ ਨਾਲ ਕੰਮ ਕੀਤੇ, ਜਿਹੜੇ ਕਿ ਸੰਗਤਾਂ ਨੂੰ ਬਾਰ ਬਾਰ ਅਸੀਂ ਦੱਸ ਚੁੱਕੇ ਹਾਂ। ਇਹ ਰਾਵੀ ਰਿਵਰ ਦਾ ਜਿਹੜਾ ਹੈ ਉਹ ਲੱਗਾ ਹੋਇਆ ਬੋਰਡ ਜੀ, ਔਰ ਉਸ ਤੋਂ ਬਾਅਦ ਆਪਾਂ ਅੱਗੇ ਚੱਲ ਰਹੇ ਹਾਂ ਰੋਡ ਦੇ ਉੱਤੇ, ਚੱਲਦੇ ਹੀ ਚੱਲਦੇ ਅਸੀਂ ਤਕਰੀਬਨ ਜ਼ੀਰੋ ਬਾਉਂਡਰੀ ਦੇ ਕੋਲ ਪਹੁੰਚਾਂਗੇ। ਆਪ ਜੀ ਦੀ ਬਹੁਤ ਜ਼ਿਆਦਾ ਫਰਮਾਇਸ਼ ਸੀ ਕਿ ਦਰਸ਼ਨ ਕਰਵਾਏ ਜਾਣ ਕਰਤਾਰਪੁਰ ਸਾਹਿਬ ਲਾਂਘੇ ਦੇ ਮੁਕੰਮਲ, ਅਤੇ ਸੋ ਆਪਾਂ ਅੱਜ ਤੁਹਾਨੂੰ ਜਾਂਦੇ ਹੋਏ ਵੀ ਲਾਂਘੇ ਦੇ ਦਰਸ਼ਨ ਕਰਾਵਾਂਗੇ, ਔਰ ਆਉਂਦੇ ਹੋਏ ਵੀ ਲਾਂਘੇ ਦੇ ਪੂਰੇ ਦਰਸ਼ਨ ਕਰਾਵਾਂਗੇ ਜੀ। ਠੀਕ ਹੈ ਜੀ, ਇਹ ਰਿਵਰ ਬੈਲਟ ਸ਼ੁਰੂ ਹੋ ਜਾਂਦੀ ਹੈ ਜੀ ਇੱਥੋਂ, ਔਰ ਬਕਾਇਦਾ ਤੌਰ 'ਤੇ ਬ੍ਰਿਜ ਜਿਹਨੂੰ ਕਿ ਬਣਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਦੇਰ ਲੱਗੀ ਹੈ, ਕਿਉਂਕਿ ਇੱਥੇ ਜੇ ਪਾਣੀ ਅਗਰ ਨਾ ਹੁੰਦਾ ਤਾਂ ਫਿਰ ਬਹੁਤ ਜਲਦੀ ਹੁੰਦਾ, ਲੇਕਿਨ ਪਾਣੀ ਬਾਰ ਬਾਰ ਆਉਣ ਦੇ ਵਜ੍ਹਾ ਨਾਲ ਇੱਥੇ ਜਿਹੜਾ ਸੀ ਉਹ ਕੰਮ ਖਰਾਬ ਹੋ ਜਾਂਦਾ ਸੀ ਜੀ। ਬਹੁਤ ਹੀ ਪਿਆਰੀਆਂ ਬੁਰਜੀਆਂ, ਕੱਲ੍ਹ ਰਾਤ ਨੂੰ ਅਸੀਂ ਤੁਹਾਨੂੰ ਜਿਹੜਾ ਸਫ਼ਰ ਦਿਖਾਇਆ ਸੀ, ਅਸੀਂ ਉੱਥੋਂ ਟਰਮੀਨਲ ਤੋਂ
ਜਿਹੜਾ ਸੀ ਦਰਬਾਰ ਸਾਹਿਬ ਕਰਤਾਰਪੁਰ ਆਉਣ ਵਾਲਾ ਜਿਹੜਾ ਸੀ ਰਸਤਾ ਉਹ ਦਿਖਾਇਆ ਸੀ, ਅਤੇ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਵਾਲਾ ਰਸਤਾ ਜਿੱਥੋਂ ਤੁਸੀਂ ਵਾਪਸ ਜਾਣਾ ਹੈ। ਇਹੀ ਟਾਈਮ ਹੋਏਗਾ ਜੀ, ਬਿਲਕੁਲ ਸ਼ਾਮ ਦਾ ਟਾਈਮ ਹੀ ਹੋਏਗਾ ਜਦੋਂ ਤੁਸੀਂ ਵਾਪਸ ਜਾਣਾ, ਅਤੇ ਇਸੇ ਤਰ੍ਹਾਂ ਹੀ ਤੁਹਾਡਾ ਸਫ਼ਰ ਜਿਹੜਾ ਹੈ ਉਹ ਦੁਬਾਰਾ ਤੋਂ ਵਾਪਸ ਜਿਹੜਾ ਡੇਰਾ ਬਾਬਾ ਗੁਰੂ ਨਾਨਕ ਸਾਹਿਬ ਵਾਲੀ ਸਾਈਡ ਦੇ ਉੱਤੇ ਤੁਹਾਨੂੰ ਜਾਂਦਿਆਂ ਹੋਇਆ ਨਜ਼ਰ ਆਏਗਾ ਜੀ। ਇਹ ਮੰਜ਼ਰ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਆਹ ਦੇਖ ਲਓ ਜੀ, ਬ੍ਰਿਜ ਦੇ ਉੱਤੇ ਵੀ ਬਿਲਕੁਲ ਸਿੱਖੀ ਆਰਟ ਜਿਹੜਾ ਉਹਨੂੰ ਰਿਪੀਟ ਕੀਤਾ ਗਿਆ, ਜਿਸ ਤਰ੍ਹਾਂ ਕਿ ਗੁਰੂ ਘਰ ਦੀ ਆਰਚਿਸ ਹੁੰਦੀਆਂ ਨੇ ਉਹਨਾਂ ਨੂੰ ਰਿਪੀਟ ਕੀਤਾ ਗਿਆ, ਔਰ ਵਿੱਚੋਂ ਬਾਰੀਆਂ ਜਿਹੀਆਂ ਰੱਖੀਆਂ ਗਈਆਂ ਨੇ, ਔਰ ਉਹਦੇ ਤੋਂ ਜਿਹੜਾ ਇੱਕ ਵਿਊ ਪੁਆਇੰਟ ਸਮਝ ਲਓ ਤੁਸੀਂ, ਕਹਿ ਲਓ ਕਿ ਛੋਟੇ ਛੋਟੇ ਬਣਾਏ ਗਏ ਆ, ਬਹੁਤ ਹੀ ਵਧੀਆ ਲੱਗਦੇ ਨੇ ਦੇਖਣ ਦੇ ਵਿੱਚ, ਔਰ ਇਹ ਮੰਜ਼ਰ ਜਿਹੜਾ ਉਹ ਡੈਫੀਨੇਟਲੀ ਜਾਣ ਲੱਗਿਆਂ ਤਾਂ ਵਾਕਈ ਉਦਾਸ ਵੀ ਕਰੇਗਾ ਬਿਲਕੁਲ ਸੰਗਤਾਂ ਨੂੰ, ਲੇਕਿਨ ਆਉਣ ਲੱਗਿਆਂ ਜਿਸ ਤਰ੍ਹਾਂ ਖੁਸ਼ੀ ਨਾਲ ਸੰਗਤਾਂ ਨਿਹਾਲ ਹੋਣਗੀਆਂ, ਅਤੇ ਤੁਹਾਨੂੰ ਪਤਾ ਕਿ ਆਇਆਂ ਦੀਆਂ ਲੱਖ ਖੁਸ਼ੀਆਂ ਟੁਰ ਜਾਂਦੇ ਹੋ ਗਮ ਲਾ ਕੇ, ਅਤੇ ਉਹ ਵਾਲੀ ਗੱਲ ਹੈ ਕਿ ਆਉਣ ਦੀਆਂ ਤਾਂ ਖੁਸ਼ੀਆਂ ਵਾਕਈ ਹੁੰਦੀਆਂ, ਲੇਕਿਨ ਜਦੋਂ ਬੰਦਾ ਜਾਂਦਾ ਤਾਂ ਉਦੋਂ ਥੋੜ੍ਹਾ ਜਿਹਾ ਗਮ ਵੀ ਲੱਗਦਾ, ਅਤੇ ਇੱਕ ਗੁਰੂ ਪਿਆਰੀ ਸੰਗਤ ਨੂੰ ਤਾਂ ਇਸ ਚੀਜ਼ ਦਾ ਜ਼ਿਆਦਾ ਅਹਿਸਾਸ ਹੋਏਗਾ ਕਿ ਬਾਬਾ ਜੀ ਦਾ ਇੱਕ ਅਸਥਾਨ ਜਿਹੜਾ ਇਸ ਪਾਸੇ ਆ ਔਰ ਇੱਕ ਅਸਥਾਨ ਉਸ ਪਾਸੇ ਆ, ਲੇਕਿਨ ਜੋਤੀ ਜੋਤ ਸਮਾਨ ਦੀ ਜਿਹੜੀ ਜਗ੍ਹਾ ਹੈ ਬਾਬਾ ਜੀ ਦੀ, ਉਹ ਤਾਂ ਇਹੀ ਜਗ੍ਹਾ ਹੈ। ਸੋ ਇਹ ਜਗ੍ਹਾ ਜਿਹੜੀ ਹੈ ਗੁਰੂ ਪਿਆਰੀ ਸੰਗਤ ਵਾਸਤੇ ਦੁਨੀਆ ਦੀ ਮੋਸਟ ਇੰਪੋਰਟੈਂਟ ਜਗ੍ਹਾ ਦੇ ਵਿੱਚੋਂ, ਜਿੱਦਾਂ ਜਨਮ ਅਸਥਾਨ ਹੈ ਉਸੇ ਤਰ੍ਹਾਂ ਹੀ ਜਿਹੜਾ ਇਹਨਾਂ ਦਾ ਦਰਬਾਰ ਸਾਹਿਬ ਹੈ ਜਿਹੜਾ ਕਰਤਾਰਪੁਰ ਹੈ, ਉਹਦੀ ਵੀ ਵੈਲਿਊ ਇਹੀ ਹੈ ਜੀ। ਲਓ ਜੀ, ਲਾਈਟਾਂ ਵੀ ਸ਼ਾਮ ਦੀਆਂ ਜਲ ਚੁੱਕੀਆਂ ਨੇ ਇਸ ਵੇਲੇ, ਨਜ਼ਾਰਾ ਬਿਲਕੁਲ ਉਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਆਉਣਾ ਹੈ ਔਰ ਜਿਸ ਵੇਲੇ ਤੁਸੀਂ ਵਾਪਸ ਜਾਣਾ, ਸੇਮ ਨਜ਼ਾਰੇ ਤੁਹਾਨੂੰ ਇਸੇ ਤਰ੍ਹਾਂ ਹੀ ਹੋਣੇ ਨੇ ਤੁਹਾਡੇ। ਤੁਸੀਂ ਦੇਖ ਰਹੇ ਹੋ ਜੀ ਦਰਬਾਰ ਸਾਹਿਬ ਕਰਤਾਰਪੁਰ ਕੋਰੀਡੋਰ ਦਾ ਲਾਂਘਾ। ਬਸ ਇਮੀਗ੍ਰੇਸ਼ਨ ਟਰਮੀਨਲ ਸੇ ਵਾਪਸ ਜੀ, ਇਮੀਗ੍ਰੇਸ਼ਨ ਟਰਮੀਨਲ ਤੱਕ ਜਾਣਾ, ਵਾਪਸ ਆ ਜਾਣਾ। ਇਜਾਜ਼ਤ ਨਹੀਂ ਸਰ ਆਗੇ ਜਾਣੇ ਦੀ? ਸਰ ਅਭੀ ਮੇਰੇ ਖਿਆਲ ਆਮਿਰ ਹਾਸ਼ਮੀ ਸਾਹਿਬ ਵੀ ਆ ਗਏ ਵੀਕਿਊ ਟ੍ਰਾਂਸਪੋਰਟ ਕੇ ਲਈ, ਪਰਮਿਸ਼ਨ ਨਹੀਂ ਹੈ, ਮਨਾ ਕਰ ਦਿਓ। ਚਲੋ ਧੰਨਵਾਦ। ਹਾਂਜੀ ਜੀ, ਤੁਹਾਨੂੰ ਅਸੀਂ ਦਿਖਾਇਆ ਕਿ ਵੀ ਉਸ ਜਗ੍ਹਾ ਤੱਕ ਹੁਣ ਮੇਰਾ ਖਿਆਲ ਐਕਸੈਸ ਨਹੀਂ ਹੈਗੀ, ਸੋ ਵੀ ਆਰ ਗੋਇੰਗ ਬੈਕ। ਇਸ ਜਗ੍ਹਾ ਤੋਂ ਅਸੀਂ ਚੱਲਦੇ ਹਾਂ, ਅਸੀਂ ਤੁਹਾਨੂੰ ਦੁਬਾਰਾ ਤੋਂ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਜਿਹੜੇ ਸਾਡੇ ਨਜ਼ਾਰੇ ਨੇ ਉਹ ਤੁਹਾਨੂੰ ਅਸੀਂ ਦੁਬਾਰਾ ਤੋਂ ਦਿਖਾਉਂਦੇ ਹਾਂ ਕਿ ਹੁਣ ਤੁਸੀਂ ਜਦੋਂ ਈਸਟ ਪੰਜਾਬ ਤੋਂ ਤੁਸੀਂ ਆਓਗੇ, ਜਦੋਂ ਤੁਸੀਂ ਜਿਸ ਵੇਲੇ ਵਾਪਸ ਜਾਣਾ ਵਾ, ਤਾਂ ਉਸ ਵੇਲੇ ਤੁਹਾਨੂੰ ਕੀ ਮੰਜ਼ਰ ਨਜ਼ਰ ਆਉਣਾ। ਬਾਰਿਸ਼ ਬਹੁਤ ਤੇਜ਼ ਹੈ ਜੀ, ਤੁਸੀਂ ਦੇਖ ਸਕਦੇ ਹੋ ਜੀ, ਅਸੀਂ ਅਪਾਰਚਰ ਪ੍ਰਾਇਰਟੀ ਜਿਹੜੀ ਹੈ ਜ਼ਿਆਦਾ ਕੀਤੀ ਹੋਈ ਹੈ, ਇਸ ਵਾਸਤੇ ਤੁਹਾਨੂੰ ਲਾਈਟ ਚਾਨਣ ਜ਼ਿਆਦਾ ਨਜ਼ਰ ਆ ਰਿਹਾ, ਔਰ ਦੂਸਰਾ ਵੀ ਹੈ ਕਿ ਬੱਤੀਆਂ ਵੀ ਜਲ ਚੁੱਕੀਆਂ ਨੇ ਜਿਹਦੀ ਵਜ੍ਹਾ ਨਾਲ ਥੋੜ੍ਹੀ ਲਾਈਟ ਜ਼ਿਆਦਾ ਲੱਗ ਰਹੀ ਹੈ। ਇਹ ਰੀਅਲ ਮੰਜ਼ਰ ਨੇ ਜੀ, ਇਹ ਕੋਈ ਐਡੀਟਿੰਗ ਨਹੀਂ ਹੈ, ਕੋਈ ਕੁਛ ਨਹੀਂ ਹੈ। ਇਸ ਵਾਸਤੇ ਕੁਛ ਦੋਸਤ ਕਹਿੰਦੇ ਨੇ ਕਿ ਜੀ ਤੁਸੀਂ ਇਹ ਕਰੋ ਉਹ ਕਰੋ, ਹਰ ਬੰਦਾ ਆਪਣੇ ਲਿਮਿਟ 'ਚ ਰਹਿ ਕੇ ਕੰਮ ਕਰਦਾ, ਸੋ ਪਲੀਜ਼ ਰਿਕੁਐਸਟ ਇਹੀ ਕਰਾਂਗਾ ਕਿ ਜਿਸ ਤਰ੍ਹਾਂ ਦਾ ਮਟੀਰੀਅਲ ਤੁਹਾਨੂੰ ਦਿਖਾਉਣਾ ਵਾ ਦੇਖ ਲਿਆ ਕਰੋ, ਅਗਰ ਕਿਸੇ ਨੂੰ ਪਸੰਦ ਨਹੀਂ ਹੈ ਉਹ ਚੈਨਲ ਨਾ ਦੇਖੇ, ਬਟ ਪਲੀਜ਼ ਅਨਲਾਈਕ ਨਾ ਕਰਿਆ ਕਰੋ। ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਔਕਲੈਂਡ ਨਿਊਜ਼ੀਲੈਂਡ ਤੋਂ, ਇਹ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਐਨ ਸ਼ਾਹਿਦ ਸ਼ਬੀਰ ਔਫੀਸ਼ੀਅਲ, ਐਨ ਸ਼ਾਹਿਦ ਸ਼ਬੀਰ ਅਮਨ ਕਾ ਸਫੀਰ।
ਠੀਕ ਹੈ ਜੀ ਵੈਲਕਮਿੰਗ ਬੋਰਡ ਆ ਗਿਆ ਬਰਾਊਨ ਵਾਲਾ ਹੀ ਰਾਈਟ ਸਾਈਡ 'ਤੇ ਕਰਤਾਰਪੁਰ ਸਾਹਿਬ ਦੀ ਛਬੀ ਹੈ ਔਰ ਉਸ ਤੋਂ ਬਾਅਦ ਵੈਲਕਮ ਟੂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਮੈਸੇਜ ਗੁਰਮੁਖੀ 'ਚ ਔਰ ਇੰਗਲਿਸ਼ ਦੇ ਵਿੱਚ ਲਿਖੇ ਹੋਏ ਲਓ ਜੀ ਆਹਿਸਤਾ ਆਹਿਸਤਾ ਤੁਹਾਨੂੰ ਉਹ ਬਿਲਡਿੰਗ ਜਿਹੜੀ ਹੈ ਦੀਵਾਰ ਤੋਂ ਦੇਖਣਾ ਸ਼ੁਰੂ ਹੋ ਗਈ ਹੈ ਆਪਾਂ ਇਹ ਮੰਜ਼ਰ ਪਹਿਲੇ ਵੀ ਦਿਖਾ ਚੁੱਕੇ ਹਾਂ ਸੋ ਤੁਹਾਡੇ ਤੋਂ ਇਜਾਜ਼ਤ ਚਾਹਵਾਂਗੇ ਰੱਬ ਰਾਖਾ ਜੀ ਕੀਪ ਟਿਊਨ ਕੀਪ ਸ਼ੇਅਰ ਐਂਡ ਕੀਪ ਲਾਈਕ ਬਟ ਵਿਦ ਰੀਅਲ ਲਿੰਕ